ਸਵਾਗਤ ਹੈ ਸਰੋਤੇ ਵੀਰੋ ਤੁਹਾਡਾ ਸਾਡੇ YouTube ਚੈਨਲ ਤੇ ਹਾਂਜੀ ਸੂਬੇ ਭਰ ਦੀਆਂ ਕੁਝ ਖਾਸ ਖਬਰਾਂ ਲੈ ਕੇ ਹਾਜ਼ਰ ਹਾਂ ਜੀ ਇਸ ਵੇਲੇ ਦੀਆਂ ਖਾਸ ਖਬਰਾਂ ਐ ਸੋ ਸਰੋਤੇ ਵੀਰੋ ਖਬਰਾਂ ਨੂੰ ਸ਼ੁਰੂ ਤੋਂ ਲੈ ਕੇ ਆਖਿਰ ਤੱਕ ਜਰੂਰ ਦੇਖ ਲੈਣਾ ਤੁਹਾਨੂੰ ਪੂਰੀ ਖਬਰ ਬਾਰੇ ਪਤਾ ਚੱਲ ਜਾਵੇਗਾ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀ ਨਾ ਭੁੱਲਣਾ ਹਾਂਜੀ ਸਰੋਤੇ ਵੀਰੋ ਕੱਲ ਤੋਂ ਇਹਨਾਂ ਰੂਟਾਂ ਤੇ ਬੱਸਾਂ ਬੰਦ ਕਰਨ ਦਾ ਵੱਡਾ ਐਲਾਨ ਹੋ ਚੁੱਕਾ ਹੈ ਹਾਂਜੀ ਸਰੋਤੇ ਵੀਰੋ ਪੰਜਾਬ ਦੇ ਅੰਦਰ ਅਤੇ ਬਾਹਰ ਸਫ਼ਰ ਕਰਨ ਵਾਲਿਆਂ ਲਈ ਬੁਰੀ ਖਬਰ ਹੈ ਯਾਤਰਾ ਨੂੰ ਲੈ ਕੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ ਪੰਜਾਬ ਰੋਡਵੇਜ ਪਨ ਬੱਸ ਅਤੇ ਪੀ ਆਰਟੀਸੀ ਵਰਕਰਾਂ ਦੀ ਅਣਮਿੱਥੇ ਸਮੇਂ ਲਈ ਹੜਤਾਲ ਦਾ ਸਮਾ સોਮਵਾਰ ਤੋਂ ਸ਼ੁਰੂ ਹੋਵੇਗਾ ਪਰ ਇਸ ਦਾ ਅਸਰ ਐਤਵਾਰ ਤੋਂ ਹੀ ਦਿਖਾਈ ਦੇਣਾ ਸ਼ੁਰੂ ਹੋ ਗਿਆ ਹੈ ਸਭ ਤੋਂ ਜ਼ਿਆਦਾ ਅਸਰ ਲੰਬੇ ਰੂਟ ਦੀਆਂ ਬੱਸਾਂ ਉੱਤੇ ਪਿਆ ਹੈ ਬੱਸਾਂ ਇਸ ਤਰ੍ਹਾਂ ਚਲਾਈਆਂ ਜਾ ਰਹੀਆਂ ਹਨ ਕਿ ਉਹ ਸ਼ਾਮ ਤੱਕ ਡੀਪੂ ਵਿੱਚ ਵਾਪਸ ਪਰਤਉਣ ਅਜਿਹੇ ਵਿੱਚ ਲੰਬੇ ਰੂਟਾਂ ਉੱਤੇ ਜਾਣ ਵਾਲੇ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮੁਲਾਜ਼ਮਾਂ ਦੇ ਹੜਤਾਲ ਨੂੰ ਐਤਵਾਰ ਤੇ ਸੋਮਵਾਰ ਦੀ ਮੱਧ ਰਾਤ ਤੋਂ ਹੀ 100% ਦੀ ਸਫਲ ਬਣਾਉਣ ਲਈ ਐਤਵਾਰ ਤੋਂ ਹੀ ਬੱਸਾਂ ਦੇ ਸੰਚਾਲਨ ਨੂੰ ਸੀਮਿਤ ਕਰ ਦਿੱਤਾ ਹੈ। ਬੱਸਾਂ ਨੂੰ ਇਸ ਮੁਤਾਬਕ ਕੈਲਕੂਲੇਸ਼ਨ ਕੀਤਾ ਗਿਆ ਹੈ ਕਿ ਸ਼ਾਮ ਤੱਕ ਉਹ ਡੀਪੂ ਦੇ ਅੰਦਰ ਪਹੁੰਚ ਜਾਣ। ਬੱਸਾਂ ਸਵੇਰੇ ਜਲੰਧਰ ਤੋਂ ਚਲਾ ਕੇ ਸ਼ਾਮ ਨੂੰ ਜਲੰਧਰ ਵਾਪਸ ਪਰਤਣ ਦੀ ਕੁਾਇਦ ਵਿੱਚ ਦਿੱਲੀ, ਰਾਜਸਥਾਨ, ਉਤਰਾਖੰਡ, ਹਰਿਆਣਾ, ਹਿਮਾਚਲ ਪ੍ਰਦੇਸ਼ ਆਦ ਜ਼ਿਆਦਾਤਰ ਰੂਟ ਇਸ ਕਾਰਨ ਤੋਂ ਚੰਡੀਗੜ੍ਹ ਤੇ ਅੰਬਾਲਾ ਤਾਂ ਕੀ ਸੀਮਤ ਕਰ ਦਿੱਤੇ ਗਏ ਹਨ ਹਾਂਜੀ ਸਰੋਤੇਵਰ ਜੇਕਰ ਇਹਨਾਂ ਦੇ ਮੰਗਾਂ ਦੀ ਗੱਲ ਕੀਤੀ ਜਾਵੇ ਤਾਂ ਯੂਨੀਅਨ ਵੱਲੋਂ ਕੱਚੇ ਮਲਾਈਮਾਂ ਨੂੰ ਪੱਕੇ ਕਰਨਾ ਮਾਮੂਲੀ ਕੇਸਾਂ 'ਚੋਂ ਬਰਖਾਸਤ ਮਲਾਈਮਾਂ ਨੂੰ ਤੁਰੰਤ ਬਹਾਲ ਕਰਨਾ ਤੇ ਸਰਕਾਰੀ ਬੇੜੇ 'ਚੋਂ 10000 ਨਵੀਆਂ ਬੱਸਾਂ ਸ਼ਾਮਲ ਕਰਨ ਦੀ ਮੰਗ ਸਰਕਾਰ ਤੋਂ ਕੀਤੀ ਜਾ ਰਹੀ ਹੈ ਤੋਂ ਸਰੋਤੇਵਰ ਨੂੰ ਅਗਲੀ ਖਬਰ ਵੱਲ ਵਾਧਦੇ ਹਾਂ ਸੰਗਰੂਰ 'ਚ ਪੀਟੀਆਈ ਯੂਨੀਅਨ ਦੇ ਕੇਰਿਆ ਸਿੱਖਿਆ ਮੰਤਰੀ ਰੈਸਟ ਹੌ ਦਾ ਗੇਟ ਤੋੜ ਦਾਖਲ ਹੋਏ ਅੰਦਰ ਪਿਛਲੇ ਲੰਬੇ ਸਮੇਂ ਤੋਂ ਪੀਟੀਆਈ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਬਰਨਾਲਾ ਕੇਸਿਆਂ ਵਿੱਚ ਤਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਸ ਦੇ ਬਾਵਜੂਦ ਵੀ ਪੰਜਾਬ ਸਰਕਾਰ ਜਾਂ ਸਿੱਖਿਆ ਮੰਤਰੀ ਵਿਜੇਂਦਰ ਸਿੰਘਲਾ ਵੱਲੋਂ ਉਹਨਾਂ ਨਾਲ ਕਿਸੇ ਤਰ੍ਹਾਂ ਦੀ ਕੋਈ ਵੀ ਗੱਲਬਾਤ ਨਹੀਂ ਕੀਤੀ ਜਾ ਰਹੀ ਨਾ ਹੀ ਉਹਨਾਂ ਦੀਆਂ ਮੰਗਾਂ ਵੱਲੋਂ ਕੋਈ ਵੀ ਧਿਆਨ ਦਿੱਤਾ ਜਾ ਰਿਹਾ ਹੈ ਅੱਜ ਪੀਟੀਆਈ ਯੂਨੀਅਨ ਵੱਲੋਂ ਸੰਗਰੂਰ ਦੇ ਪੀਡਬਲਯੂਡੀ ਰੈਸਟ ਹਾਊਸ ਦਾ ਗੇਟ ਤੋੜ ਕੇ ਉਸ ਦੇ ਅੰਦਰ ਦਾਖਲ ਹੋਏ PWD ਰੈਸਟ ਹਾਊਸ ਜੋ ਦਾਖਲ ਹੋਣ ਦਾ ਕਾਰਨ ਇਹ ਸੀ ਕਿ ਪਿਛਲੇ 8 ਮਹੀਨਿਆਂ ਤੋਂ ਪੰਜਾਬ ਦੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਘਲਾ ਆਪਣੇ ਘਰ ਨੂੰ ਛੱਡ ਕੇ ਰੈਸਟ ਹਾਊਸ ਚੋ ਹੀ ਉਹਨਾਂ ਦੇ ਰਹਿਣ ਦਾ ਬਸੇਰਾ ਬਣਿਆ ਹੋਇਆ ਹੈ ਕਿਉਂਕਿ ਵਿਜੇ ਇੰਦਰ ਸਿੰਘਲਾ ਦੀ ਕੋਠੀ ਦੇ ਬਾਹਰ ਬੇਰੁਜ਼ਗਾਰ ਸਾਂਝਾ ਮੋਰਚਾ ਵੱਲੋਂ ਤਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਸ ਕਾਰਨ ਵਿਜੇਂਦਰ ਸਿੰਘਲਾ ਆਪਣੇ ਘਰ ਚੋਂ ਨਹੀਂ ਰਹਿ ਰਹੇ ਪੀਟੀਆਈ ਯੂਨੀਅਨ ਦਾ ਕਹਿਣਾ ਹੈ ਕਿ ਜਦੋਂ ਤੱਕ ਸਾਡੇ ਪੈਨਲ ਮੀਟਿੰਗ ਦਾ ਲੈਟਰ ਨਹੀਂ ਮਿਲਦਾ ਉਦੋਂ ਤੱਕ ਸਾਡਾ ਤਰਨਾ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰਹੇਗਾ ਅਤੇ ਇਸੇ ਤਰ੍ਹਾਂ ਹੀ ਅਸੀਂ ਸਰਕਾਰ ਦਾ ਤੇ ਸਿੱਖਿਆ ਮੰਤਰੀ ਦਾ ਵਿਰੋਧ ਕਰਦੇ ਰਵਾਂਗੇ ਤੇ ਹਾਂਜੀ ਸਰੋਤਿਆਂ ਹੁਣ ਵੱਧਿਆਂ ਅਗਲੀ ਖਬਰ ਵੱਲ ਹੁਣੇ-ਹੁਣੇ ਪੰਜਾਬ ਦੇ ਮੌਸਮ ਬਾਰੇ ਆਈ ਤਾਜ਼ਾ ਵੱਡੀ ਖਬਰ ਮੀ ਪੈਣ ਬਾਰੇ ਤੇ ਹਾਂਜੀ ਦੱਸ ਦਈਏ ਕਿ ਹੁਣੇ-ਹੁਣੇ ਪੰਜਾਬ ਦੇ ਵਿੱਚ ਮੀਂਹ ਪੈਣ ਬਾਰੇ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਸ਼ਨੀਵਾਰ ਨੂੰ ਹੋਈ ਬਰਸਾਤ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਤ ਮਿਲੀ ਹੈ ਉੱਥੇ ਹੀ ਸਰੋਤੇਵਰੋਂ ਲੋਕਾਂ ਵੱਲੋਂ ਹਫਤੇ ਦੇ ਆਖਰੀ ਦਿਨ ਵਿੱਚ ਛੁੱਟੀਆਂ ਹੋਣ ਦੇ ਇਸ ਬਰਸਾਤ ਦਾ ਆਨੰਦ ਵੀ ਮਨਾਇਆ ਜਾ ਰਿਹਾ ਹੈ ਜਿੱਥੇ ਸ਼ਨੀਵਾਰ ਨੂੰ ਲੋਕਾਂ ਨੂੰ ਬਰਸਾਤ ਦਾ ਆਨੰਦ ਲੈਣ ਦਾ ਮੌਕਾ ਮਿਲਿਆ ਹੈ ਉੱਥੇ ਹੀ ਐਤਵਾਰ ਅਤੇ ਸੋਮਵਾਰ ਨੂੰ ਵੀ ਮੌਸਮ ਇਸੇ ਤਰ੍ਹਾਂ ਸੁਹਾਵਣਾ ਬਣਿਆ ਰਹੇਗਾ ਅਤੇ ਹਲਕੀ-ਫੁਲਕੀ ਬਰਸਾਤ ਹੁੰਦੀ ਰਹੇਗੀ ਇਹਨਾਂ ਦਿਨਾਂ ਵਿੱਚ ਹੋਣ ਵਾਲੀ ਬਰਸਾਤ ਕਾਰਨ ਮੌਸਮ ਵਿੱਚ ਤਬਦੀਲੀ ਆ ਜਾਂਦੀ ਹੈ ਅਤੇ ਲੋਕਾਂ ਨੂੰ ਗਰਮੀ ਤੋਂ ਰਾਤ ਮਿਲੀ ਰਹਿੰਦੀ ਹੈ। ਹੁਣ 24 ਘੰਟੇ ਲਈ ਮੌਸਮ ਸੁਹਾਣਾ ਰਹੇਗਾ ਅਤੇ ਜਿਸ ਕਾਰਨ ਜੇਕਰ ਗੱਲ ਕੀਤੀ ਜਾਵੇ ਮੌਸਮ ਭਾਗ ਦੁਆਰਾ ਸਰੋਤਿਵਰੋ ਜਿਸ ਨਮੀ ਦੀ ਉਹ 95% ਬਣੀ ਹੋਈ ਹੈ। ਸਰੋਤਿਵਰੋ ਮੌਸਮ ਦੇ ਬਦਲਾਅ ਕਾਰਨ ਹੀ ਲੋਕਾਂ ਨੂੰ ਚੜ੍ਹਦੇ ਦਿਨ ਤੇਜ਼ ਹਵਾਵਾਂ ਚੱਲਣ ਕਾਰਨ ਗਰਮੀ ਤੋਂ ਰਾਤ ਮਹਿਸੂਸ ਹੋਈ ਹੈ। ਇਸ ਕਾਰਨ ਹੌਲੀ-ਹੌਲੀ ਮੌਸਮ ਬਦਲ ਰਿਹਾ ਹੈ ਪੰਜਾਬ ਦੇ ਜਲੰਧਰ ਜ਼ਿਲ੍ਹੇ ਵਿੱਚ ਸ਼ਨੀਵਾਰ ਦੁਪਹਿਰ ਤੋਂ ਲਗਾਤਾਰ ਹੋਈ ਬਰਸਾਤ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਤ ਮਿਲੀ ਹੈ ਉੱਥੇ ਮੌਸਮ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਐਤਵਾਰ ਅਤੇ ਸੋਮਵਾਰ ਨੂੰ ਵੀ ਲੋਕਾਂ ਨੂੰ ਅਜਿਹਾ ਮੌਸਮ ਹੀ ਦੇਖਣ ਨੂੰ ਮਿਲੇਗਾ ਅਤੇ ਕਈ ਥਾਵਾਂ 'ਤੇ ਹਲਕੀ-ਫੁਲਕੀ ਅਤੇ ਰੁਕ-ਰੁਕ ਕੇ ਮੀਂਹ ਹੋਣ ਦੀ ਸੰਭਾਵਨਾ ਜਤਾਈ ਗਈ ਹੈ ਤੇ ਹਾਂਜੀ ਸਰੋਤਿਆਂ ਸਾਡੀਆਂ ਇਹ ਖਬਰਾਂ ਇੱਥੇ ਹੀ ਸਮਾਪਤ ਹੁੰਦੀਆਂ ਨੇ ਮੈਨੂੰ ਦਿਓ ਇਜਾਜ਼ਤ ਧੰਨਵਾਦ